ਦੋਸਤੋ ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਔਰ ਲੈ ਕੇ ਹਾਜ਼ਰ ਹਾਂ ਮੁੱਦਾ ਅੱਜ ਦਾ ਮੁੱਦਾ ਔਰ ਲਗਾਤਾਰ ਅਸੀਂ ਗੱਲ ਕਰ ਰਹੇ ਹਾਂ ਜੋ ਕਿ ਇਹ ਕਾਰਵਾਈ ਹੋਈ ਹੈ ਨਿਸ਼ਾਨ ਸਾਹਿਬ ਨੂੰ ਉਤਾਰਿਆ ਗਿਆ ਉਹਦਾ ਸਪਸ਼ਟੀਕਰਨ DSP ਚਮੋਲੀ ਅਸੀਂ ਲਿੱਤਾ ਹਰਬੰਸ ਸਿੰਘ ਜੋ ਕਿ ਸਾਡੇ ਨਾਲ ਜੁੜੇ ਸੀਗੇ ਉਹਨਾਂ ਨੇ ਕਿਹਾ ਕਿ ਅਜੇ ਕੋਈ ਗੱਲ ਨਹੀਂ ਹੈਗੀ ਬਿਲਕੁਲ ਇੱਥੇ ਸ਼ਰਧਾਲੂ ਆ ਸਕਦੇ ਨੇ ਹੇਮਕੁੰਟ ਸਾਹਿਬ ਦੇ ਵਿੱਚ ਮੱਥਾ ਟੇਕ ਸਕਦੇ ਨੇ ਔਰ ਅਜੇ ਕੋਈ ਗੱਲ ਜਿਹੜੀ ਹੈ ਨਹੀਂ ਹੈਗੀ ਲੇਕਿਨ ਜਿਹੜੇ ਉੱਥੇ ਮੌਜੂਦ ਸਿੱਖ ਭਾਈਚਾਰੇ ਦੇ ਲੋਕ ਨੇ ਫਿਰ ਉਹ ਆਪਣੇ ਆਪ ਨੂੰ ਮਹਿਫੂਜ਼ ਕਿਉਂ ਨਹੀਂ ਸਮਝ ਪਾ ਰਹੇ ਕਿਉਂ ਕਹਿ ਰਹੇ ਨੇ ਕਿ ਸਾਨੂੰ ਇਕੱਠੇ ਹੋਣ ਦੀ ਲੋੜ ਹੈਗੀ ਹੈ ਕੋਈ ਇਸ ਤੋਂ ਪਹਿਲਾਂ ਹੋਰ ਵੀ ਗੱਲਾਂ ਹੋਈਆਂ ਉੱਥੇ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ ਮੇਰੇ ਨਾਲ ਗੁਰਪ੍ਰੀਤ ਮੌਜੂਦ ਨੇ ਜੋ ਕਿ ਨਿਰਪੱਖ ਪੱਤਰਕਾਰਿਤਾ ਕਰਦੇ ਨੇ ਦਿੱਲੀ ਦੇ ਵਿੱਚ ਔਰ ਆਪਣੀ ਪੱਤਰਕਾਰਿਤਾ ਦੇ ਸਦਕੇ ਹਮੇਸ਼ਾ ਉਹਨਾਂ ਨੇ ਨਿਰਪੱਖ ਰਿਪੋਰਟਿੰਗ ਕੀਤੀ ਹੈ ਜਿਸ ਕਰਕੇ ਅੱਜ ਅਸੀਂ ਉਹਨਾਂ ਨੂੰ ਫੋਨ ਲਾਈਨ ਤੇ ਜੁੜਿਆ ਤੇ ਗੁਰਪ੍ਰੀਤ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਮੁੱਦੇ ਦੇ ਇਸ ਪ੍ਰੋਗਰਾਮ ਦੇ ਉੱਤੇ ਮੈਂ ਜਾਣਨਾ ਚਾਹਾਂਗਾ ਉੱਤਰਾਖੰਡ ਦੇ ਵਿੱਚ ਜਿਹੜਾ ਹੈ ਕਾਰਵਾਈ ਹੋਈ ਹੈ ਔਰ ਉਸ ਤੋਂ ਪਹਿਲਾਂ ਜੋ ਕਿ ਦਿੱਲੀ ਦੇ ਵਿੱਚ ਔਰ ਸ਼ਿਲੋਂਗ ਦੇ ਵਿੱਚ ਕਈ ਖਬਰਾਂ ਸੁਣਨ ਨੂੰ ਸਾਨੂੰ ਮਿਲੀ ਹੈ ਕਿ ਭਾਰਤ ਦੇ ਵਿੱਚ ਸਿੱਖ ਜਿਹੜੇ ਨੇ ਮਹਿਫੂਜ਼ ਨੇ ਕਿ ਨਹੀਂ ਨੇ ਜ਼ਰੂਰ ਦੱਸੋ ਸਾਡੇ ਦਰਸ਼ਕਾਂ ਨੂੰ ਜੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਕੀਰਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇਹਨਾਂ ਮੁੱਦਿਆਂ ਦੇ ਉੱਪਰ ਚੀਜ਼ਾਂ ਸੰਗਤ ਦੇ ਸਾਹਮਣੇ ਨੂੰ ਲੈ ਕੇ ਆ ਰਹੇ ਹੋ ਜੀ ਤੇ ਜੋ ਦੋ ਤਿੰਨ ਜੋ ਪਿਛਲੇ ਕਈ ਦਿਨਾਂ ਤੋਂ ਜੋ ਇਸ਼ੂਜ ਮਾਈਨੋਰਟੀਜ਼ ਨੂੰ ਲੈ ਕੇ ਚੱਲਦੇ ਪਏ ਤੇ ਬੜੇ ਉਹ ਸੋਚਣ ਯੋਗ ਨੇ ਕਿਉਂਕਿ ਕਈ ਜੋ ਕਿ ਭਾਰਤ ਦੇ ਜੇ ਪੋਲੀਟੀਸ਼ੀਅਨਸ ਦੇ ਨਾਲ ਜੇ ਅਸੀਂ ਗੱਲ ਕਰਦੇ ਹਾਂ ਤੇ ਜਿੰਨੇ ਵੀ ਉਹ ਪੋਲੀਟੀਸ਼ੀਅਨ ਨੇ ਇਹੀ ਗੱਲ ਕਹਿੰਦੇ ਕੀ ਤੁਹਾਨੂੰ ਲੱਗਦਾ ਕਿ ਅਸੀਂ ਜਿਹੜੇ ਕਿ ਭਾਰਤ ਦੇ ਵਿੱਚ ਸੁਰੱਖਿਅਤ ਨਹੀਂ ਹੈਗੇ ਆ ਤੇ ਤੁਹਾਨੂੰ ਕਿਉਂ ਲੱਗਦਾ ਤੇ ਆਈ ਥਿੰਕ ਇਹ ਚੀਜ਼ ਦਿਖਾ ਕੇ ਅਸੀਂ ਦੱਸ ਸਕਦੇ ਹਾਂ ਕਿ ਬਈ ਜੇ ਸਾਡੀ ਜਿਹੜੀ ਹੋਂਦ ਦੇ ਉੱਪਰ ਜੇ ਸਾਨੂੰ ਜੇ ਰਹਿਣ ਦੇ ਉੱਪਰ ਜੇ ਆਪਾਂ ਦੂਰ ਦਰਾਜ ਦੇਸ਼ਾਂ ਦੇ ਵਿੱਚ ਜਾਂ ਪ੍ਰਦੇਸ਼ਾਂ ਦੇ ਵਿੱਚ ਰਹਿ ਰਹੇ ਹਾਂ ਕਹਿਣ ਦਾ ਭਾਵ ਮਤਲਬ ਕਿ ਭਾਰਤ ਦੇ ਉਹਨਾਂ ਪੂਰਵੀ ਭਾਰਤ ਦੇ ਉਹਨਾਂ ਹਿੱਸੇ ਆ ਜਿਸ ਤਰ੍ਹਾਂ ਸ਼ਿਲੋਂਗ ਦੀ ਗੱਲ ਆਈ ਜਿੱਥੇ 300-400 ਪਰਿਵਾਰ ਰਹਿੰਦਾ ਸੀਗਾ ਤੇ ਮਾਈਨੋਰਟੀਜ਼ ਹੋਰ ਕਮਾਲ ਦੀ ਗੱਲ ਹਰਕਿਰਤ ਜੀ ਤੁਸੀਂ ਹੈਰਾਨ ਹੋ ਜਾਓਗੇ ਗੱਲ ਸੁਣ ਕੇ ਔਰ ਬਹੁਤ ਘੱਟ ਲੋਕਾਂ ਨੂੰ ਇਸਦੀ ਜਾਣਕਾਰੀ ਹੈਗੀ ਆ ਕਿ ਮਾਈਨੋਰਟੀ ਕਮਿਸ਼ਨ ਸਾਰੇ ਦੇਸ਼ਾਂ ਦੇ ਵਿੱਚ ਹੁੰਦਾ ਭਾਰਤ ਦੇ ਵਿੱਚ ਤੁਸੀਂ ਕਾਫੀ ਲੰਬੇ ਟਾਈਮ ਤੋਂ ਲੈ ਕੇ ਜਰਨਲਿਜ਼ਮ ਦੇ ਵਿੱਚ ਰਹੇ ਹੋ ਤੁਹਾਨੂੰ ਵੀ ਪਤਾ ਕਿ ਹਰ ਸਟੇਟ ਦਾ ਇੱਕ ਮਾਈਨੋਰਟੀ ਕਮਿਸ਼ਨ ਹੁੰਦਾ ਪਰ ਤੁਸੀਂ ਇਹ ਗੱਲ ਸੁਣ ਕੇ ਹੈਰਾਨ ਹੋ ਜਾਓਗੇ ਕਿ ਸ਼ਿਲੋਂਗ ਵਰਗੇ ਸਟੇਟ ਦੇ ਵਿੱਚ ਹਜੇ ਤੱਕ ਆਜ਼ਾਦੀ ਨੂੰ ਅੱਜ ਕਿੰਨੇ 70-80 ਸਾਲ ਹੋ ਗਏ ਨੇ ਔਰ ਹਜੇ ਤੱਕ ਸ਼ਿਲੋਂਗ ਵਰਗੀ ਸਟੇਟ ਦੇ ਵਿੱਚ ਮਾਈਨੋਰਟੀ ਕਮਿਸ਼ਨ ਹੀ ਐਸਟੈਬਲਿਸ਼ ਨਹੀਂ ਹੋਇਆ ਦੱਸੋ ਜੀ 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 ਤੇ ਇਸ ਚੀਜ਼ ਤੋਂ ਸਾਨੂੰ ਪਤਾ ਲੱਗਦਾ ਕਿ ਜੇ ਮਾਈਨੋਰਟੀਜ਼ ਨੂੰ ਕੋਈ ਪ੍ਰੋਬਲਮ ਆਏਗੀ ਤੇ ਉਹ ਮਾਈਨੋਰਟੀ ਕਿੱਥੇ ਜਾਏਗੀ ਨੰਬਰ 1 ਤੇ ਜਾਂ ਹੋਰ ਕਈ ਚੀਜ਼ਾਂ ਮਾਈਨੋਰਟੀਜ਼ OBC ST SC ਹਰ ਚੀਜ਼ ਦੇ ਆਪਣੇ ਅਧਿਕਾਰ ਹੁੰਦੇ ਨੇ ਸਾਡੀ ਸੀਟਾਂ ਰਿਜ਼ਰਵ ਹੁੰਦੀ ਹੈ ਐਡਮਿਸ਼ਨ ਦੇ ਵਿੱਚ ਸਹੂਲੀਅਤ ਹੁੰਦੀ ਹੈ ਤੇ ਉਹ ਸਾਰੀ ਚੀਜ਼ਾਂ ਤੋਂ ਸ਼ਿਲੋਂਗ ਦੀ ਜਿਹੜੀ ਮਾਈਨੋਰਟੀ ਸਮੇਤ ਸਿੱਖ ਉਹ ਵਾਂਝੇ ਨੇ ਔਰ ਦੂਸਰੀ ਜਿਹੜੀ ਗੱਲ ਹੈਗੀ ਹੈ ਮੈਂ ਇਸ ਗੱਲ ਤੋਂ ਹੈਰਾਨ ਹਾਂ ਗੁਰਪ੍ਰੀਤ ਕਿ ਸ਼ਿਲੋਂਗ ਦੇ ਵਿੱਚ ਸਾਡੇ ਬਹੁਤ ਘੱਟ ਗਿਣਤੀ ਦੇ ਵਿੱਚ ਜਿਹੜੇ ਸਾਡੇ ਸਿੱਖ ਸੰਗਤ ਉਹ ਰਹਿੰਦੀ ਹੈ ਲੇਕਿਨ ਉੱਤਰਾਖੰਡ ਦਿੱਲੀ ਉਸ ਤੋਂ ਬਾਅਦ ਆਪਣਾ ਹਰਿਆਣਾ ਅਸੀਂ ਆ ਜਾਈਏ ਪੰਜਾਬ ਤੋਂ ਚਲੋ ਖੈਰ ਉਸ ਤੋਂ ਬਾਅਦ ਆਪਾਂ ਚਲੇ ਜਾਈਏ ਹਿਮਾਚਲ ਦੇ ਵੱਲ ਤੇ ਇੱਥੇ ਤੇ ਕਾਫੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਸਿੱਖ ਭਾਈਚਾਰੇ ਦੇ ਲੋਕ ਨੇ ਉਹ ਰਹਿੰਦੇ ਨੇ ਤੇ ਉਹਨਾਂ ਵੱਲੋਂ ਜਦ ਇਹ ਕਿਹਾ ਜਾਂਦਾ ਹੈ ਕਿ ਜਦ ਅਸੀਂ ਫੋਨ ਕਰਕੇ ਪੁੱਛਿਆ ਉਹਨਾਂ ਤੋਂ ਉਹ ਕਹਿੰਦੇ ਨਹੀਂ ਅਸੀਂ ਨਹੀਂ ਮਹਿਫੂਜ਼ ਹੈਗੇ ਮੈਨੂੰ ਸਪਸ਼ਟ ਕਰੋ ਕਿ ਕੀ ਕਾਰਨ ਲੱਗਦੇ ਨੇ ਕਿ ਜਿਹੜੇ ਸਾਡੇ ਸਿਆਸਤਦਾਨ ਨੇ ਜਿਹੜੇ ਪੈਰਵੀ ਕਰਦੇ ਨੇ ਸਾਡੀ ਸਿੱਖ ਕੌਮ ਦੀ ਔਰ ਕਹਿੰਦੇ ਨੇ ਕਿ ਅਸੀਂ ਸਿੱਖ ਕੌਮ ਦੇ ਲਈ ਮਰ ਜਾਵਾਂਗੇ ਮਿਟ ਜਾਵਾਂਗੇ ਔਰ ਅਸੀਂ ਆਪਣਾ ਜੋ ਨਿਛਾਵਰ ਕਰਨਾ ਹੋਏਗਾ ਉਹ ਕਰ ਦੇਵਾਂਗੇ ਕਿ ਉਹ ਵਾਕਈ ਸਿੱਖਾਂ ਦੇ ਮਸਲਿਆਂ ਨੂੰ ਲੈ ਕੇ ਗੰਭੀਰ ਨੇ ਜਾਂ ਫਿਰ ਸਿਆਸੀ ਰੋਟੀਆਂ ਸੇਕ ਰਹੇ ਨੇ ਸਿਰਫ ਭਾਰਤ ਦੇ ਵਿੱਚ ਨਹੀਂ ਬਿਲਕੁਲ ਜੀ ਤੁਹਾਡੀ ਜਿਹੜੀ ਗੱਲਾਂ ਗੱਲ ਹੈਗੀ ਹੈ ਬਿਲਕੁਲ ਦਰੁਸਤ ਹੈਗੀ ਹੈ ਔਰ ਇਹਦੇ ਵਿੱਚ ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ ਕਿ ਜਦੋਂ ਹੁਣ ਜੇ ਆਪਾਂ ਸ਼ਿਲੋਂਗ ਦੇ ਮਸਲੇ ਦੇ ਵਿੱਚ ਜੇ ਆਪਾਂ ਮੈਂ ਇਸ ਗੱਲ ਨੂੰ ਆਪਣੀ ਐਕਸਪਲੇਨ ਕਰਾਂਗਾ ਲਾਈਵ ਐਗਜ਼ਾਮਪਲ ਦਿੰਦੇ ਹੋਏ ਜੀ ਠੀਕ ਹੈ ਜੀ ਆਪਾਂ ਤਰਕ ਜ਼ਰੂਰ ਰੱਖਾਂਗੇ ਦੇਖੋ ਸ਼ਿਲੋਂਗ ਦਾ ਮਸਲਾ ਆਇਆ ਸ਼ਿਲੋਂਗ ਦੇ ਮਸਲੇ ਦੇ ਵਿੱਚ ਕੋਈ ਐਸੀ ਸਿਆਸੀ ਪਾਰਟੀ ਨਹੀਂ ਸੀਗੀ ਜਿਹੜੀ ਸ਼ਿਲੋਂਗ ਦੇ ਵਿੱਚ ਜਾ ਕੇ ਉੱਧਰ ਦੇ ਮੁੱਖ ਮੰਤਰੀ ਨੂੰ ਮਿਲ ਕੇ ਨਹੀਂ ਆਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਹਰ ਪਾਰਟੀ ਉੱਥੇ ਗਈ ਹਾਲ ਚਾਲ ਪੁੱਛਿਆ ਹਰ SGPC ਹਰ DSGMC ਸਾਰੇ ਦਲ ਅਕਾਲੀ ਦਲ ਕਾਂਗਰਸ ਸਾਰਿਆਂ ਨੇ ਕ੍ਰੈਡਿਟ ਲੈਣ ਦੀ ਉੱਥੇ ਹੋੜ ਸ਼ੁਰੂ ਹੋ ਗਈ ਠੀਕ ਹੈ ਬਿਲਕੁਲ ਬਿਲਕੁਲ ਪਰ ਉਹ ਸਿਰਫ ਇਸ ਵਾਸਤੇ ਸੀਗਾ ਉਹ ਸਿਰਫ ਇਸ ਵਾਸਤੇ ਸੀਗਾ ਕਿ ਸਿੱਖ ਸੰਗਤ ਨੂੰ ਦਰਸਾਉਣ ਵਾਸਤੇ ਕਿ ਨਹੀਂ ਦੇਖੋ ਅਸੀਂ ਨਾ ਸਿੱਖ ਸੰਗਤਾਂ ਦੇ ਨਾਲ ਸ਼ਿਲੋਂਗ ਦੀ ਸੰਗਤਾਂ ਦੇ ਨਾਲ ਖੜੇ ਹਾਂ ਸਿਰਫ ਇੱਕ ਦਿਖਾਵਾ ਮਾਤਰ ਸੀਗਾ CM ਦੇ ਨਾਲ ਮੁਲਾਕਾਤ ਹੋ ਜਾਂਦੀ ਸੀਗੀ ਪਰ ਜੋ ਬੇਸਿਕ ਤੌਰ ਤੇ ਜਿਹੜਾ ਹੈਗਾ ਨਾ ਗਰਾਊਂਡ ਦੇ ਉੱਪਰ ਕੋਈ ਐਕਸ਼ਨ ਨਹੀਂ ਸੀ ਲਿੱਤਾ ਜਾਂਦਾ ਠੀਕ ਹੈ ਇਹ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਪਹਿਲੇ ਦੂਸਰੇ ਦਿਨ ਨੂੰ ਛੱਡ ਕੇ ਜੋ ਸ਼ਿਲੋਂਗ ਦੀ ਪੁਲਿਸ ਨੇ ਜ਼ਰੂਰ ਉੱਧਰ ਦੇ ਸਿੱਖਾਂ ਦੀ ਮਦਦ ਕੀਤੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਪਰ ਫਿਰ ਵੀ ਹਾਲਾਤ ਨੂੰ ਸੁਧਾਰਨ ਵਾਸਤੇ
ਪੂਰਾ ਉਹਦਾ ਰਾਜਨੀਤੀਕਰਨ ਹੋਇਆ ਜਾ ਰਿਹਾ। ਉੱਧਰ ਦਾ ਜਿਹੜਾ ਐਕਸ ਐਮ ਐਲ ਏ ਆ, ਜਿਹੜੇ ਕੁਛ ਜਿਹੜੇ ਵਿਰੋਧੀ ਪਾਰਟੀਆਂ ਦੇ ਐਮ ਐਲ ਏ ਸੀਗੇ, ਉਹ ਜਿਹੜੇ ਉਸ ਇਲਾਕੇ ਦੇ ਜਿੱਥੇ ਜਿੱਥੇ ਪੰਜਾਬੀ ਕਲੋਨੀ ਜਿੱਥੇ ਦੀ ਗੱਲ ਦੱਸ ਰਿਹਾ, ਜਿੱਥੇ ਉਹ ਪ੍ਰੋਬਲਮ ਚੱਲਦੀ ਪਈ ਆ, ਉਹਦੇ ਵਿੱਚ ਸਰਕਾਰ ਆਪ ਇਨਵੋਲਵ ਹੈਗੀ ਆ। ਉਹਦੇ ਵਿੱਚ ਸਰਕਾਰੀ ਜਿਹੜੇ ਐਮ ਐਲ ਏ ਹੈਗੇ ਆ, ਜਿਹੜੇ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਹੈਗੇ ਆ, ਜਿਹਨਾਂ ਨੂੰ ਆਪਾਂ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਕਹਿੰਦੇ ਆ, ਉਹਨਾਂ ਦੇ ਕਹੇ ਦੇ ਉੱਪਰ, ਅਖਬਾਰਾਂ ਵੇਖ ਲਓ ਭਾਰਤ ਦੀਆਂ ਪੜ੍ਹ ਕੇ, ਉਹਨਾਂ ਦੇ ਕਹੇ ਦੇ ਉੱਪਰ ਸ਼ਰਾਬ ਵੰਡ ਕੇ, ਨੋਟ ਵੰਡ ਕੇ, ਉਹਨਾਂ ਨੂੰ ਇਕੱਠਾ ਕਰਕੇ ਸਿੱਖਾਂ ਦਾ ਜਿਹੜਾ ਉਹ ਜਿਹੜਾ ਕੋਈ ਕਤਲੇਆਮ ਕੀਤਾ ਜਾ ਰਿਹਾ। ਦੂਜੇ ਪਾਸੇ ਜੇ ਉਤਰਾ ਉੱਤਰਾਖੰਡ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਕੋਈ ਵੀ ਸਿਆਸਤਦਾਨ ਔਰ ਕੋਈ ਵੀ ਪੋਲੀਟੀਕਲ ਪਾਰਟੀ ਸਾਹਮਣੇ ਹਜੇ ਤੱਕ ਨਹੀਂ ਆਈ, ਉਹਨਾਂ ਨੇ ਸਪਸ਼ਟੀਕਰਨ ਕੀਤਾ ਹੋਇਆ ਇਸ ਵੀਡੀਓ ਤੋਂ ਬਾਅਦ ਖਾਸ ਤੌਰ ਤੇ। ਬਿਲਕੁਲ ਬਿਲਕੁਲ, ਇਹ ਗੱਲ ਵੀ ਤੁਹਾਡੀ ਠੀਕ ਹੈਗੀ। ਹੋਰ ਇਹਦੇ ਵਿੱਚ ਸਿਰਫ ਸਿਆਸਤਦਾਨ ਹੀ ਨਹੀਂ, ਮੈਂ ਕਹਾਂਗਾ ਕਿ ਭਾਰਤੀ ਮੀਡੀਆ ਵਿੱਚ ਔਖਾ ਗਾ, ਸਿਰਫ ਕਈ ਚੈਨਲਾਂ ਨੂੰ ਛੱਡ ਕੇ, ਜਿਸ ਤਰ੍ਹਾਂ ਕਿ ਜਿੱਥੇ ਅਸੀਂ ਕੰਮ ਕਰਦੇ ਹਾਂ ਅਫਗਾਨ ਚੈਨਲ ਵੱਲੋਂ, ਹੁਣ ਬਹੁਤ ਅੱਛੀ ਗੱਲ ਹੈ ਕਿ ਤੁਸੀਂ ਤੁਹਾਡਾ ਜਿਹੜਾ ਚੈਨਲ ਹੈਗਾ, ਜਾਂ ਮੈਂ ਕਹਾਂਗੀ ਸਿਰਫ ਜਿਹੜਾ ਵਿਦੇਸ਼ ਤੋਂ ਜਿਹੜਾ ਮੀਡੀਆ, ਵਿਦੇਸ਼ ਦੇ ਸਿੱਖਾਂ ਦੀ ਜਿਹੜੇ ਜਿਹੜਾ ਇੱਕ ਮੀਡੀਆ ਹੈਗਾ, ਸੋ ਜਾਂ ਸੋਸ਼ਲ ਮੀਡੀਆ, ਸਿਰਫ ਨਿਸ਼ਾਨ ਸਾਹਿਬ ਉਤਰਨ ਦੀ ਘਟਨਾ ਮੈਨੂੰ ਸਿਰਫ ਜਿਹੜੀ ਹੈਗੀ ਆ ਜਾਂ ਸੋਸ਼ਲ ਮੀਡੀਆ ਤੇ ਦੇਖੀ, ਜਾਂ ਜਿਹੜੇ ਭਾਰਤ ਤੋਂ ਬਾਹਰ ਜਿਹੜਾ ਮੀਡੀਆ ਚੱਲਦਾ ਹੈਗਾ ਜਾਂ ਉਹਨਾਂ ਮੀਡੀਆ ਚੈਨਲਾਂ ਤੇ, ਜਿਸ ਤਰ੍ਹਾਂ ਤੁਸੀਂ ਇਸ ਬਾਰੇ ਗੱਲ ਕਰ ਰਹੇ ਹੋ, ਹੈਰਾਨੀ ਵਾਲੀ ਗੱਲ ਆਉਂਦੀ ਹੈ ਕਿ ਜਿਹੜੇ ਭਾਰਤ ਦੇ ਜਿਹੜੇ ਮੀਡੀਆ ਚੈਨਲ ਹੈਗੇ ਆ ਉਸ ਨਿਸ਼ਾਨ ਸਾਹਿਬ ਦੇ ਉਤਾਰਨ ਵਾਲੀ ਘਟਨਾ ਦੇ ਉੱਪਰ ਚੁੱਪ ਕਿਉਂ ਹੈਗੇ ਆ? ਕੋਈ ਵੀ ਚੈਨਲ ਇਸ ਦੇ ਉੱਪਰ ਜੇ ਕੰਮ ਗੁਰਪ੍ਰੀਤ, ਜਿਹੜੇ ਆਪਣੇ ਆਪ ਨੂੰ ਦਿੱਲੀ ਦੇ ਵਿੱਚ, ਪੰਜਾਬ ਦੇ ਵਿੱਚ ਵੱਖ ਵੱਖ ਜਮਾਤਾਂ ਦੇ ਆਪਣੇ ਆਪ ਨੂੰ ਅਹੁਦੇਦਾਰ ਕਹਾਉਂਦੇ ਹਨ, ਪੈਰੋਕਾਰ ਕਹਾਉਂਦੇ ਹਨ, ਮੈਂ ਨਾਮ ਨਹੀਂ ਲਵਾਂਗਾ ਕਿਸੇ ਦਾ, ਲੇਕਿਨ ਤੁਸੀਂ ਬਹੁਤ ਅੰਦਰ ਦੇ ਅੰਦਰ ਤੋਂ ਜਾਣਦੇ ਹੋ ਉਹਨਾਂ ਨੂੰ, ਕਿ ਉਹਨਾਂ ਦਾ ਜਿਹੜਾ ਜ਼ਮੀਰ ਹੈ ਉਹ ਮਰ ਚੁੱਕਿਆ, ਕਿ ਜਾਂ ਫਿਰ ਆਪਣੇ ਨਿੱਜੀ ਸਵਾਰਥਾਂ ਦੇ ਲਈ ਉਹ ਸਿੱਖ ਕੌਮ ਨੂੰ ਵੇਚ ਰਹੇ ਨੇ? ਬਿਲਕੁਲ ਜੀ ਬਿਲਕੁਲ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਿਹੜੇ ਸਿਆਸਤਦਾਨ ਸ਼ਿਲੋਂਗ ਦੇ ਵਿੱਚ ਜਾ ਕੇ ਆਏ, ਹਰ ਕੋਈ ਸ਼ਿਲੋਂਗ 'ਚ ਜਾ ਕੇ ਨਾ ਸੀਐਮ ਨਾਲ ਮੁਲਾਕਾਤ ਕਰਕੇ ਵਾਪਸ ਆ ਕੇ, ਇਹ ਕਹਿੰਦਾ ਹੁੰਦਾ ਸੀਗਾ ਨਹੀਂ ਜੀ ਅਸੀਂ ਨਾ ਸੀਐਮ ਨੂੰ ਕਹਿ ਦਿੱਤਾ ਸਭ ਕੁਛ ਠੀਕ ਹੈ, ਪਹਿਲੇ ਨਾਲੋਂ ਠੀਕ ਹੋ ਗਿਆ, ਪਰ ਜਿਹੜੀ ਜ਼ਮੀਨੀ ਹਕੀਕਤ ਇਹ ਹੁੰਦੀ ਸੀਗੀ ਕਿ ਉਹਨਾਂ ਦੇ ਫੇਰੀ ਤੋਂ ਬਾਅਦ ਵੀ ਅਗਲੇ 4-5 ਦਿਨਾਂ ਤੱਕ ਜਿਹੜੇ ਪੈਟਰੋਲ ਪੰਪ ਵੱਜਦੇ ਪਏ ਨੇ, ਔਰ ਇੱਕ ਤਾਜ਼ੀ ਤਾਜ਼ੀ ਗੱਲ ਹੈ 20 ਤਕਰੀਬਨ 18-20 ਦਿਨ ਹੋ ਗਏ ਸ਼ਿਲੋਂਗ ਦੇ ਮਸਲੇ, 2-4 ਦਿਨ ਪਹਿਲੇ ਵੀ ਉੱਥੇ ਵਾਰਦਾਤਾਂ ਹੋਈਆਂ ਔਰ ਅਜੇ ਵੀ ਲਗਾਤਾਰ ਜਾ ਰਹੀ ਹੈ, ਔਰ ਇੱਕ ਨਵੀਂ ਚੀਜ਼ ਹੋਣੀ ਸ਼ੁਰੂ ਹੋ ਗਈ ਜੋ ਪਹਿਲੇ ਕਦੀ ਨਹੀਂ ਸੀ ਹੋਈ। ਹੁਣ ਤੱਕ ਤੇ ਤੁਸੀਂ ਇਹ ਵਾਰਦਾਤਾਂ ਦੇਖੀਆਂ ਸੀਗੀਆਂ ਕਿ ਇਹ ਫਿਜ਼ੀਕਲੀ ਅਟੈਕ ਇਸ ਚੀਜ਼, ਹੁਣ ਨਾ ਇੱਕ ਆਪਾਂ ਕਹਿ ਦਈਏ ਨਾ ਕਿ ਬਿਹੇਵੀਅਰ ਜਿਹੜਾ ਹੈਗਾ ਨਾ ਉਹਨਾਂ ਦਾ ਚੇਂਜ ਹੋ ਚੁੱਕੇ। ਜਿਹੜੇ ਬੱਚੇ ਸਕੂਲਾਂ 'ਚ ਜਾ ਰਹੇ ਹੈ, ਇਹ ਤਾਜ਼ੀ ਤਾਜ਼ੀ ਰਿਪੋਰਟ ਦੱਸ ਰਿਹਾ ਮੈਂ ਤੁਹਾਨੂੰ, ਅੱਜ ਕੱਲ੍ਹ ਦੀ ਖਬਰਾਂ ਹੈਗੀਆਂ, ਜਿਹੜੇ ਜਿਨ੍ਹਾਂ ਦੇ ਜਿਹੜੇ ਆ ਤੇ ਸਿੱਖ ਉੱਥੇ ਕਿਸੇ ਕਿਸੇ ਦੁਕਾਨ 'ਚ ਜਾਂ ਕਿਸੇ ਬਿਜ਼ਨਸ 'ਚ ਕਿਤੇ ਕੰਮ ਕਰਦੇ ਆ, ਜਿਨ੍ਹਾਂ ਦੇ ਬਿਜ਼ਨਸ ਲੋਕਲ ਦੇ ਨਾਲ ਜੁੜੇ ਹੈਗੇ ਆ, ਉਹ ਜਾਂ ਜਿਹੜੇ ਬੱਚੇ ਬੱਸਾਂ ਦੇ ਵਿੱਚ ਜਾ ਰਹੇ ਹੈਗੇ ਆ, ਸਕੂਲ ਬੱਸਾਂ 'ਚ, ਜਿਹਦੇ ਸਕੂਲ ਬੱਸਾਂ ਚੜ੍ਹਦੇ ਲੋਕੀ ਸਿੱਖਾਂ ਨੂੰ ਬੱਸਾਂ 'ਚ ਚੜ੍ਹਾਉਣ ਤੋਂ ਮਨਾ ਕਰਦੇ ਪਏ ਹੈਗੇ ਆ, ਅੱਛਾ, ਇਹ ਹਾਲਤ ਆ ਗਈ ਆ। ਜੇ ਸਕੂਲ ਦੇ ਵਿੱਚ ਬੱਚੇ ਜਾ ਰਹੇ ਹੈਗੇ ਤੇ ਬੱਚੇ ਉਹਨਾਂ ਨੂੰ ਏਦਾਂ ਇੱਕ ਸਿੱਖ ਨੂੰ ਏਦਾਂ ਵੇਖ ਰਹੇ ਜਿੱਦਾਂ ਪਤਾ ਨੀ ਕੋਈ ਜਾਨਵਰ ਆ ਗਿਆ ਹੋਵੇ ਤੇ ਪਤਾ ਨੀ ਕੋਈ ਅਜੀਬ ਜਿਹਾ ਏਲੀਅਨ ਆ ਗਿਆ ਹੋਵੇ, ਤੇ ਯਾਨੀ ਕਿ ਇਹ ਜਿਹੜਾ ਹੈਗਾ ਨਾ ਇੱਕ ਪਕਸ਼ਪਾਤ ਜਾਂ ਪਾਰਸ਼ੈਲਿਟੀ ਜਿਹੜੀ ਹੈਗੀ ਆ ਸ਼ਿਲੋਂਗ ਦੇ, ਉਹ ਉੱਥੇ ਵਿੱਚ ਹੋਣੀ ਸ਼ੁਰੂ ਹੋ ਚੁੱਕੀ ਹੈਗੀ ਆ, ਔਰ ਇਸੇ ਤਰੀਕੇ ਇਹ ਵੱਧਦੀ ਜਾਏਗੀ। ਇਹ ਇੱਕ ਬਹੁਤ ਵੱਡਾ ਜਿਹੜਾ ਇੱਕ ਡਰ ਜਿਹੜਾ ਹੈਗਾ ਨਵਾਂ ਸਾਹਮਣੇ ਆ ਗਿਆ ਹੈਗਾ। ਉੱਤਰਾਖੰਡ ਦੇ ਵਿੱਚ ਲੈ ਲਓ ਨਾ ਤੁਸੀਂ, ਉੱਤਰਾਖੰਡ ਦੇ ਵਿੱਚ ਹੁਣੇ ਜਿਹੜੀ ਹੈ ਨਿਸ਼ਾਨ ਸਾਹਿਬ ਉਤਾਰਨ ਦੀ ਘਟਨਾ ਹੋਈ, ਮੈਂ ਇੱਕ ਛੋਟੀ ਜਿਹੀ ਗੱਲ ਕਹਾਂਗਾ, ਇੰਨੀ ਦੁਨੀਆ ਜਿਹੜੀ ਹੈਗੀ ਹੈ, ਜਦੋਂ 3-3, 4-4 ਦਿਨ ਜਿਹੜੀ ਹੈਗੀ ਹੈ, ਮੈਂ ਕਹਿਣਾ ਤੇ ਨਹੀਂ ਚਾਹੁੰਦਾ ਪਰ ਹਰ ਧਰਮ ਦੇ ਤਿਉਹਾਰ ਜਾਂਦੇ ਨੇ, ਹਰ ਧਰਮ ਦੇ ਜਿਹੜੇ ਬੰਦੇ ਹੈਗੇ ਆ ਆਪਣੇ ਉੱਤਰਾਖੰਡ ਦੇ ਵਿੱਚ, ਸਭ ਤੋਂ ਜ਼ਿਆਦਾ ਜਿਹੜੇ ਟੈਂਪਲਸ ਜਾਂ ਹੈਗੇ ਨੇ ਉਹ ਸਾਰੇ ਜਾਂਦੇ ਨੇ ਯਾਤਰਾਵਾਂ ਤੇ, ਉਹ ਸਾਰੇ ਵੀ ਆਪਣੇ ਜਿਹੜੇ ਝੰਡੇ ਹੈਗੇ ਲਗਾ ਕੇ ਜਾਂਦੇ ਨੇ। ਕਈ ਤੇ ਇੰਨੀ ਮਾੜੀ ਹਾਲਤ ਹੁੰਦੀ ਹੈ, ਇੱਕ 2-wheeler ਮੋਟਰਸਾਈਕਲ ਦੇ ਉੱਪਰ 3-3, 4-4 ਜਣੇ ਜਿਹੜੇ ਜਾ ਰਹੇ ਹੁੰਦੇ ਨੇ ਹਰ ਜਿਹੜੇ, ਤੇ ਉਹਨਾਂ ਨੂੰ ਨਹੀਂ ਰੋਕਿਆ ਜਾਂਦਾ, ਉਹਨਾਂ ਨੂੰ ਜਿਹੜੀ ਹੈ ਕਿ ਨਾ ਉਹਨਾਂ ਦਾ ਕੋਈ ਚਲਾਨ ਕੱਟਿਆ ਜਾਂਦਾ ਨਾ ਕੁਛ, ਉਹਨਾਂ ਕੋਈ ਜਿਹੜੇ ਆਪਣੇ ਜਿਹੜੇ ਸਿੱਖ ਹੈਗੇ ਨੇ ਉਹ ਆਉਂਦੇ ਪ੍ਰੋਪਰ ਰੂਲਸ ਵੀ ਫੋਲੋ ਕਰਦੇ ਨੇ, ਸਭ ਕੁਛ ਜਾਂਦੇ ਨੇ, ਦਸਤਾਰਾਂ ਵੀ ਵੱਡੀਆਂ ਵੱਡੀਆਂ ਹੁੰਦੀਆਂ ਨੇ, ਫੇਰ ਵੀ ਉਹਨਾਂ ਦੇ ਨਿਸ਼ਾਨ ਸਾਹਿਬ ਜਿਹੜੇ ਉਤਾਰ ਦਿੱਤੇ ਜਾਂਦੇ ਨੇ। ਹੋਰ ਤੁਸੀਂ ਉਹ ਕਲੈਰੀਫਿਕੇਸ਼ਨ ਵੀ ਸੁਣਿਆ ਕਿ ਉਹਦੇ ਵਿੱਚ ਕਿਹਾ ਗਿਆ ਕਿ ਵੀ ਹਟਾਉਣ ਦਾ ਆਰਡਰ ਨਹੀਂ ਸੀਗਾ, ਉਹ ਜਿਹੜੇ ਸਿਰਫ ਟੇਢੇ ਸੀਗੇ ਉਹਨਾਂ ਨੂੰ ਸਿੱਧੇ ਕਰਨ ਦਾ, ਐਸਾ ਕੁਛ ਕਰਨ ਦਾ ਆਰਡਰ ਸੀਗਾ। ਬਿਲਕੁਲ ਬਿਲਕੁਲ, ਤੇ ਤੁਸੀਂ ਸੋਚਣ ਵਾਲੀ ਗੱਲ ਹੈਗੀ ਹੈ ਕਿ ਜਦੋਂ ਇੱਕ ਤਾਂ ਪਹਿਲੇ ਸਿੱਖਾਂ ਦੇ ਖਿਲਾਫ਼ ਇੱਕ ਪ੍ਰੋਪਗੈਂਡਾ ਕਰ ਦਿਓ ਤੇ ਬਾਅਦ 'ਚੋਂ ਇੱਕ ਸਿੱਖ ਨੂੰ ਹੀ ਅੱਗੇ ਖੜਾ ਕਰ ਦਿਓ ਉਹਦੀ ਸਫਾਈ ਪੇਸ਼ ਕਰਨ ਵਾਸਤੇ, ਠੀਕ ਹੈ ਨਾ? ਤੇ ਉਹ ਕਲੈਰੀਫਿਕੇਸ਼ਨ ਕਿਸੇ ਹੋਰ ਵੱਲੋਂ ਕਿਉਂ ਨਹੀਂ ਆਇਆ, ਜਾਂ ਕਿਸੇ ਹੋਰ ਬੰਦੇ ਵੱਲੋਂ, ਜਾਂ ਕਿਸੇ ਹੋਰ ਜਿਹੜੇ ਹੈਗੇ ਉਸ
ਅੱਛਾ ਮੈਨੂੰ ਇਹ ਹੈਰਾਨੀ ਇਸ ਗੱਲ ਦੀ ਹੈ ਗੁਰਪ੍ਰੀਤ ਕਿ ਉੱਥੇ ਮੌਜੂਦ ਜਿਹੜੇ ਸਿਆਸਤਦਾਨ ਨੇ ਟਰੈਵਲ ਐਂਡ ਟੂਰਿਜ਼ਮ ਜਿਹੜੇ ਮਿਨਿਸਟਰ ਨੇ ਔਰ ਉਸ ਤੋਂ ਬਾਅਦ ਜਿਹੜੇ ਸੀਐਮ ਨੇ ਉਹਨਾਂ ਦੀ ਕੋਈ ਹਜੇ ਤੱਕ ਪ੍ਰਤੀਕਿਰਿਆ ਸਪਸ਼ਟੀਕਰਨ ਸਾਹਮਣੇ ਨਹੀਂ ਆਇਆ ਕਿ ਉਹ ਆ ਕੇ ਸਾਹਮਣੇ ਆ ਕੇ ਕਹਿਣ। ਜੀ ਜੀ ਬਿਲਕੁਲ ਜੀ, ਬਸ ਅੱਜ ਅੱਜ ਦੀ ਇਹ ਗੱਲ ਹੈਗੀ ਕਿ ਬਸ ਉੱਤਰਾਖੰਡ ਪੁਲਿਸ ਦਾ ਜਿਹੜਾ ਫੇਸਬੁੱਕ ਦਾ ਪੇਜ ਹੈਗਾ ਨਾ, ਅੱਜ ਉਹਨਾਂ ਨੇ ਕਿਤੇ ਸ਼ਾਮੀ ਜਾ ਕੇ ਉਹ ਵੀਡੀਓ ਜਿਹੜੀ ਹੈਗੀ ਹੈ ਨਾ ਅਪਲੋਡ ਕੀਤੀ ਹੈ, ਔਰ ਤੁਸੀਂ ਉਹ ਵੀ ਹੈਰਾਨ ਹੋ ਜਾਓਗੇ। ਮਤਲਬ ਕਿ ਉੱਤਰਾਖੰਡ ਪੁਲਿਸ ਦਾ ਫੇਸਬੁੱਕ ਪੇਜ ਹੈਗਾ, 2-3 ਦਿਨ ਪਹਿਲੇ ਦੀ ਜਿਹੜੀ ਇਹ ਗੱਲ ਹੈਗੀ ਹੈ ਹਨਾ, ਜਿਹੜੀ ਹੈ ਸਾਰੇ ਨਿਸ਼ਾਨ ਸਾਹਿਬ ਉਤਾਰਨ ਦੀ, ਉਹ ਵੀਡੀਓ ਬਿਆਨ ਵੀ ਆ ਰਿਹਾ। ਪਰ ਉਹ ਜਿਹੜਾ ਜਿਹੜਾ ਉੱਤਰਾਖੰਡ ਪੁਲਿਸ ਵੀ ਆਪਣੇ ਪੇਜ ਤੇ ਵੀਡੀਓ ਬਿਆਨ ਜਿਹੜਾ ਹੈਗਾ ਨਾ ਉਹ ਪਾ ਰਹੀ ਹੈ, ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਉਸ ਸਿੰਘ ਦਾ ਹਨਾ। ਯਾਨੀ ਕਿ ਓਫੀਸ਼ੀਅਲੀ ਜਿਹੜੀ ਹੈਗੀ ਹੈ ਸੋਸ਼ਲ ਉੱਤਰਾਖੰਡ ਪੁਲਿਸ ਆਪਣੇ ਪੇਜ ਤੇ ਵੀ ਆਪਣੇ ਓਫੀਸ਼ੀਅਲ ਇੰਪਲੋਈ ਦਾ ਬਿਆਨ ਨਹੀਂ ਪਾਰਦੀ ਪਈ, ਜਿਹੜੀ ਵਾਇਰਲ ਹੋਈ ਜਿਹੜੀ ਉਹ ਵੀਡੀਓ ਹੈਗੀ ਨਾ ਉਹਨੂੰ ਪਾ ਦਿੱਤਾ। ਅਜੇ ਵੀ ਉਹਦੇ ਉੱਪਰ ਕੋਈ ਉਸ ਚੀਜ਼ ਦੇ ਉੱਪਰ ਜਿਹੜਾ ਉੱਤਰਾਖੰਡ ਪੁਲਿਸ ਦੇ ਕਿਸੇ ਸਪੋਕਸ ਪਰਸਨ ਦਾ ਕਿਸੇ ਦਾ ਐਸੀ ਉੱਪਰ ਬਿਆਨ ਨਹੀਂ ਆਇਆ, ਕੋਈ ਲੈਟਰ ਕੋਈ ਸਾਹਮਣੇ ਨਹੀਂ ਆ ਰਹੀ, ਕੋਈ ਨੋਟੀਫਿਕੇਸ਼ਨ ਜਿਹੜੀ ਜਿਹੜੀ ਹੈਗੀ ਹੈ ਉਹ ਜਿਹੜੇ ਤੁਸੀਂ ਵੀਡੀਓ ਦੇਖੀ ਉਹਦੇ ਵਿੱਚ ਮੰਗੀ ਗਈ ਕਿ ਨੋਟੀਫਿਕੇਸ਼ਨ ਦਿਖਾਓ, ਕੋਈ ਨੋਟੀਫਿਕੇਸ਼ਨ ਜਿਹੜੀ ਰਿਟਨ ਦੇ ਵਿੱਚ ਸਾਹਮਣੇ ਨਹੀਂ ਦਿਖ ਰੱਖੀ ਗਈ। ਤੇ ਇਹ ਸਭ ਚੀਜ਼ਾਂ ਜਿਹੜੀ ਹੈਗੀ ਸੋਚਾਂ ਮਜਬੂਰ ਬਣਦੀ ਹੈ, ਕਿਉਂਕਿ ਜਿਹਦੀ ਜੋ ਮਨਮਾਨੀ ਆਉਂਦੀ ਹੈ ਨਾ ਉਹ ਆਪਣੀ ਮਨਮਾਨੀ ਕਰਕੇ ਕਿਸ ਨੂੰ ਵੀ ਰੋਕ ਲੈਂਦਾ ਤੇ ਆਪਣੀ ਜੋ ਕਿ ਵਰਦੀ ਦੇ ਵਿੱਚ ਆਪਣੀ ਗੁੰਡਾਗਰਦੀ ਕਹਿ ਲਓ ਜਾਂ ਜੋ ਉਹਦਾ ਮਨਸੂਬਾ ਹੁੰਦਾ ਹੈਗਾ ਕਿਸੇ ਕਮਿਊਨਿਟੀ ਨੂੰ ਲੈ ਕੇ ਪਰਸਨਲ, ਉਹ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈਗਾ। ਜਿੱਦਾਂ ਕਿ ਮੈਟਰੋ ਦੇ ਵਿੱਚ, ਤੁਹਾਨੂੰ ਦਿੱਲੀ ਦੀ ਹਾਲਾਤ ਦੱਸ ਦੇਵਾਂ, ਮੈਟਰੋ ਦੇ ਵਿੱਚ ਕਦੀ ਕਦੀ ਕੀ ਹੁੰਦਾ ਕਿ ਮੈਟਰੋ ਦਾ ਇੱਕ ਰੈਗੂਲੇਸ਼ਨ ਹੈਗੀ ਹੈ, ਮੈਟਰੋ ਦੀ ਰੈਗੂਲੇਸ਼ਨ ਹੈਗੀ ਹੈ ਕਿ ਤੁਸੀਂ ਇਹਦੇ ਜੇ ਰੂਲਸ ਦੇ ਵਿੱਚ ਜਾਓ ਦਿੱਲੀ ਮੈਟਰੋ, ਤੁਸੀਂ ਵੀ ਦਿੱਲੀ ਰਹੇ ਹੋ, ਮੈਟਰੋ ਟਰੈਵਲ ਕਦੀ ਕੀਤਾ ਜ਼ਰੂਰ ਹੋਏਗਾ। ਤੇ ਉੱਥੇ ਉੱਥੇ ਨੋ ਇੱਕ ਇੱਕ ਰੈਗੂਲੇਸ਼ਨ ਹੈਗੀ ਕਿਰਪਾਨ ਦੀ ਕਿ ਤੁਸੀਂ 9 ਇੰਚੀ ਤੱਕ ਦੀ ਲਿਮਿਟੇਸ਼ਨ ਹੈਗੀਆਂ ਨੇ, 6 ਇੰਚਸ ਬਲੇਡ ਦੀ ਔਰ 3 ਇੰਚਸ ਹੈਂਡਲ ਦੀ, ਤੇ ਉਹ ਲਿਮਿਟੇਸ਼ਨ ਦੇ ਅੰਦਰ ਹੀ ਤੁਸੀਂ ਜਿਹੜਾ ਕਿਰਪਾਨ ਤੁਹਾਡੀ ਅਲਾਊਡ ਆ। ਪਰ ਫਿਰ ਵੀ ਜਦੋਂ ਸਾਡੇ ਸਿੰਘ ਜਦੋਂ ਥੋੜੀ ਮਾੜੀ ਮੋਟੀ 1 ਫੁੱਟ ਦੀ ਜਾਂ 1.5 ਫੁੱਟ ਦੀ ਕਿਰਪਾਨ ਹੁੰਦੀ ਹੈ 1 ਫੁੱਟ ਤੱਕ ਦੀ, ਉਹ ਪੁਲਿਸ ਆਫਿਸਰ ਰਿਲੀਵ ਕਰ ਦਿੰਦੇ ਆ ਉਹਦੇ ਵਿੱਚ, ਉਹਨਾਂ ਨੂੰ ਠੀਕ ਆ। ਪਰ ਕਈ ਕੰਪਲੇਂਟ ਸਾਨੂੰ ਵੀ ਆਈ ਆ, DSGMC ਦੇ ਦਿੱਲੀ ਕਮੇਟੀ ਦੇ ਲੀਗਲ ਸੈੱਲ 'ਚ ਵੀ ਪੁੱਛੀ ਆ ਕਿ ਕਈ ਆਫਿਸਰ ਜਿਹੜੇ ਹੈਗੇ ਆ ਉਹ ਕਿਰਪਾਨ ਦੇ ਉੱਪਰ ਪ੍ਰੋਬਲਮ ਕਰਦੇ ਆ। ਮਤਲਬ ਇਹ ਜਿਹੜੀ ਕੱਟੜ ਕੱਟੜ ਸੋਚ ਹੈਗੀ ਹੈ ਕਿਸੇ ਇੱਕ ਆਫਿਸਰ ਦੀ, ਉਹ ਉਸ ਟਾਈਮ ਆਫਿਸਰ ਨਹੀਂ ਹੁੰਦਾ, ਉਹ ਵੀ ਕੱਟੜ ਸੋਚ ਸੋਚਣ 'ਚ ਮਜਬੂਰ ਹੋ ਕੇ ਅਜੀ ਗੱਲ ਕਰਨੀ ਸ਼ੁਰੂ ਕਰ ਦਿੰਦਾ। ਤੇ ਲੱਗਦਾ ਜਿਹੜਾ ਉੱਤਰਾਖੰਡ ਦਾ ਪੁਲਿਸ ਆਫਿਸਰ ਸੀਗਾ ਜਿੰਨੇ ਨਿਸ਼ਾਨ ਸਾਹਿਬ ਉਤਾਰੇ ਨੇ, ਇਹ ਵੀ ਉਸ ਕੱਟੜਪੰਥੀ ਜਾਂ ਫਿਰ ਵਾਮਪੰਥੀ ਸੰਸਥਾ ਜਾਂ ਫਿਰ ਉਸ ਸੋਚ ਨੂੰ ਕਿੱਥੇ ਨਾ ਕਿੱਥੇ ਦਰਸਾਉਂਦੀ ਹੈ। ਹਾਂਜੀ 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 ਬਿਲਕੁਲ ਜੀ ਬਿਲਕੁਲ, ਆਪਣੀ ਆਪਣੀ ਜਿਹੜੀ ਸੋਚ ਹੈਗੀ ਉਹ ਸੋਚ ਦੇ ਹਿਸਾਬ ਨਾਲ ਚੱਲਦੀ ਹੈ। ਪਰ ਹੈਰਾਨੀ ਹੁੰਦੀ ਹੈ ਕਿ ਕੋਈ ਵੀ ਮੀਡੀਆ ਜਿਹੜਾ ਹੈਗਾ ਇਹਨੂੰ ਕਵਰ ਨਹੀਂ ਕਰਦਾ। ਬਹੁਤ ਅੱਛੀ ਗੱਲ ਹੈ ਤੁਸੀਂ ਇਹਨੂੰ ਕਵਰ ਕਰ ਰਹੇ ਹੋ, ਆਪਣਾ ਅਸੀਂ ਅਕਾਲ ਚੈਨਲ ਦੇ ਰਾਹੀਂ ਇਹਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਭਾਰਤੀ ਮੀਡੀਆ ਔਰ ਭਾਰਤੀ ਸਿਆਸਤਦਾਨ ਸਿਰਫ ਜਿਹੜਾ ਆਈ ਵਾਸ਼ ਔਰ ਮਾਈਂਡ ਵਾਸ਼ ਦੇ ਉੱਪਰ ਹੀ ਜਿਹੜਾ ਹੈਗਾ ਉਹ ਸਾਇਲੈਂਟ ਹੋ ਜਾਂਦੇ ਨੇ। ਚਲੋ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਔਰ ਇਸੇ ਤਰੀਕੇ ਨਾਲ ਨਿਰਪੱਖ ਪੱਤਰਕਾਰਿਤਾ ਕਰਦੇ ਰਹੋ ਔਰ ਸਿੱਖ ਸੰਗਤ ਨੂੰ ਜਾਗਰੂਕ ਕਰਦੇ ਰਹੋ ਔਰ ਦੱਸਦੇ ਰਹੋ ਕਿ ਆਖਿਰਕਾਰ ਹੋ ਕੀ ਰਿਹਾ। ਔਰ ਤੁਸੀਂ ਬਹੁਤ ਅਹਿਮ ਜਾਣਕਾਰੀ ਸਾਨੂੰ ਸ਼ਿਲੋਂਗ ਦੀ ਵੀ ਦਿੱਤੀ, ਉਹਦੇ ਲਈ ਵੀ ਬਹੁਤ ਬਹੁਤ ਧੰਨਵਾਦ। ਫਿਲਹਾਲ ਮੈਂ ਇੱਕ ਬ੍ਰੇਕ ਲਈ ਰੁਕ ਰਿਹਾ, ਬ੍ਰੇਕ ਤੋਂ ਬਾਅਦ ਲਵਾਂਗਾ ਤੁਹਾਡੀ ਫੋਨਸ ਕਾਲਸ ਔਰ ਲਵਾਂਗੇ ਤੁਹਾਡੀ ਰਾਏ।